ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਖਿਲਾਫ਼ ਪਰਚਾ ਦਰਜ ਕਰਵਾਏ ਜਾਣ ਦੀ ਖਬਰ ਸਾਹਮਣੇ ਆਈ ਹੈ। ਡਾਕਟਰ ਰੰਗਰੇਟਾ ਖਿਲਾਫ਼ ਸ਼ਿਕਾਇਤ ਪੀਪੀ ਸੁਖਵਿੰਦਰ ਸਿੰਘ ਵੱਲੋਂ ਦਿੱਤੀ ਗਈ ਹੈ। ਉਹਨਾਂ ਇਹ ਸ਼ਿਕਾਇਤ ਆਪਣੀ ਇੱਕ ਪੋਸਟ 'ਤੇ ਰੰਗਰੇਟਾ ਵੱਲੋਂ ਗਲਤ ਕਮੈਂਟ ਕਰਨ ਤੋਂ ਬਾਅਦ ਦਰਜ ਕਰਵਾਈ ਗਈ ਹੈ। ਰੰਗਰੇਟਾ ਖਿਲਾਫ਼ ਧਾਰਾ IPC 1860 ਦੀ 354, 294, 509 IT ਐਕਟ ਦੀ ਧਾਰਾ 67 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੀਪੀ ਸੁਖਵਿੰਦਰ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹਨਾਂ ਦਾ ਫੇਸਬੁੱਕ 'ਤੇ ਪੇਜ ਪੀਪੀ ਸੁਖਵਿੰਦਰ ਸਿੰਘ ਦੇ ਨਾਮ 'ਤੇ ਬਣਿਆ ਹੋਇਆ ਹੈ। ਉਹਨਾਂ ਨੇ ਕੁਝ ਸਮਾਂ ਪਹਿਲਾਂ ਆਪਣੇ ਪੇਜ 'ਤੇ ਕੋਈ ਪੋਸਟ ਪਾਈ ਸੀ ਅਤੇ DR ਗੁਰਵਿੰਦਰ ਸਿੰਘ ਰੰਗਰੇਟਾ ਵੱਲੋਂ ਉਸ 'ਤੇ ਕਮੈਂਟ ਕਰਕੇ ਧੀਆਂ ਭੈਣਾਂ ਲਈ ਭੱਦੀ ਸ਼ਬਦਾਵਲੀ ਵਰਤੀ ਗਈ। ਸੁਖਵਿੰਦਰ ਸਿੰਘ ਨੇ ਉਸਦਾ ਸਕਰੀਨਸ਼ੋਟ ਵੀ ਆਪਣੀ ਸ਼ਿਕਾਇਤ ਨਾਲ ਦਿੱਤਾ। ਦੱਸ ਦਈਏ ਕਿ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਅਕਸਰ ਆਪਣੀ ਤਿੱਖੀ ਸ਼ਬਦਾਵਲੀ ਨੂੰ ਲੈ ਕੇ ਵਿਵਾਦਾਂ ਵਿੱਚ ਰਹਿ ਚੁੱਕੇ ਨੇ। ਕੁਝ ਸਮਾਂ ਪਹਿਲਾਂ ਉਹਨਾਂ ਨੇ ਸਿੱਧੂ ਮੂਸੇਵਾਲਾ ਨੂੰ ਲੈ ਕੇ ਵੀ ਇੱਕ ਵੀਡੀਓ ਪਾਈ ਸੀ ਜਿਸ 'ਤੇ ਕਾਫੀ ਵਿਵਾਦ ਹੋਇਆ ਸੀ। ਇਸ ਤੋਂ ਪਹਿਲਾਂ ਉਹ ਫੇਸਬੁੱਕ 'ਤੇ ਆਪਣੇ ਕਮੈਂਟਾਂ ਨੂੰ ਲੈ ਕੇ ਵੀ ਖਬਰਾਂ ਵਿੱਚ ਰਹਿ ਚੁੱਕੇ ਨੇ।